ਆਪਣੇ ਸਾਰੇ ਸੂਟ ਮੈਂ ਦਿਖਾਉਂਗੀ ਕਿਵੇਂ ਯਾਰ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕਿਵੇਂ ਹੋ ਸਾਰੇ ਜਾਣੇ। ਆਈ ਹੋਪ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ। ਵੈਲਕਮ ਬੈਕ ਟੂ ਮਾਈ ਚੈਨਲ। ਸੋ ਜਿਵੇਂ ਕਿ ਤੁਹਾਨੂੰ ਦੇਖ ਰਹੇ ਆ, ਆਲੇ ਦੁਆਲੇ ਮੇਰੇ ਸੂਟ ਪਏ ਆ ਅਤੇ ਬਹੁਤ ਸਾਰੇ ਕਮੈਂਟਸ ਆਉਂਦੇ ਆ ਕਿ ਦੀ ਆਪਣਾ ਸੂਟ ਕਲੈਕਸ਼ਨ ਸ਼ੇਅਰ ਕਰੋ, ਸੂਟ ਕਲੈਕਸ਼ਨ ਸ਼ੇਅਰ ਕਰੋ। ਅਤੇ ਅੱਜ ਜਦੋਂ ਮੈਂ ਵੀਡੀਓ ਬਣਾਉਣ ਵਾਸਤੇ ਸੂਟ ਇਕੱਠੇ ਕਰ ਰਹੀ ਸੀਗੀ ਤਾਂ ਮੈਨੂੰ ਰਿਅਲਾਈਜ਼ ਹੋਇਆ ਕਿ ਯਾਰ ਮੇਰੇ ਕੋਲ ਕਿੰਨੇ ਸਾਰੇ ਸੂਟ ਆ। ਮਤਲਬ ਹਾਲੇ ਵੀ ਪਰ ਮੈਨੂੰ ਇੱਦਾਂ ਲੱਗਦਾ ਹੁੰਦਾ ਸੀਗਾ ਕਿ ਮੇਰੇ ਕੋਲ ਸੂਟ ਘੱਟ ਆ ਯਾਰ, ਨਵੇਂ ਸੂਟ ਲੈਣੇ ਆ, ਨਵੇਂ ਸੂਟ ਲੈਣੇ ਆ। ਜਿਵੇਂ ਕਿ ਕੁੜੀਆਂ ਨੂੰ ਚਾਅ ਹੁੰਦਾ ਆ ਸੂਟਾਂ ਦਾ, ਤਾਂ ਸੇਮ ਮੈਂ ਸੂਟ ਲਵਰ ਹਾਂ, ਮੈਨੂੰ ਸੂਟ ਪਾਉਣੇ ਬਹੁਤ ਪਸੰਦ ਹੈ ਐਂਡ ਮੇਰੇ ਕੋਲ ਕਾਫੀ ਸਾਰੇ ਸੂਟ ਆ। ਮੈਨੂੰ ਇੱਦਾਂ ਅੱਜ ਲੱਗਿਆ ਅਤੇ ਪਰ ਹਾਲੇ ਵੀ ਮੈਨੂੰ ਇੱਦਾਂ ਲੱਗਦਾ ਕਿ ਮੈਨੂੰ ਹੋਰ ਨਵੇਂ ਸੂਟ ਚਾਹੀਦੇ ਆ। ਅਤੇ ਬਟ ਮੈਨੂੰ ਲੱਗਦਾ ਕਿ ਇੰਨੇ ਸੂਟ ਇਕੱਠੇ ਕਰਕੇ ਕਰਨਾ ਕੀ ਆ, ਮੈਂ ਕਰਨਾ ਕੀ ਆ। ਸੋ ਗਾਈਜ਼, ਅੱਜ ਮੈਂ ਤੁਹਾਡੇ ਨਾਲ ਆਪਣੇ ਸੂਟ ਸਾਰੇ ਦਿਖਾਉਂਗੀ ਤੁਹਾਨੂੰ। ਇਹ ਸਾਰੇ ਨਹੀਂ ਆ, ਇਹਦੇ ਵਿੱਚੋਂ ਹਾਲੇ ਵੀ ਰਹਿੰਦੇ ਆ ਕੁਛ, ਬਟ ਮੈਂ ਉਹ ਚੱਕਿਆ ਜੋ ਮੈਨੂੰ ਤਾਂ ਵੈਸੇ ਸਾਰੇ ਹੀ ਸੂਟ ਪਸੰਦ ਹੈ, ਮੈਂ ਕੀ ਬੋਲਾਂ, ਜੋ ਮੈਨੂੰ ਪਸੰਦ ਆ। ਬਟ ਜਿਹੜੇ ਵੀ ਮੈਨੂੰ ਲੱਗਦਾ ਆ ਕਿ ਮੈਨੂੰ ਔਨਲਾਈਨ ਮੈਂ ਮੰਗਾਏ ਆ ਜਾਂ ਮੈਨੂੰ ਕਿਸੇ ਪੇਜ ਤੋਂ ਆਏ ਆ ਜਾਂ ਮੈਂ ਆਪ ਔਡਰ ਕਰਕੇ ਮੰਗਾਏ ਆ ਜਾਂ ਮੈਨੂੰ ਲੱਗਦਾ ਆ ਕਿ ਇੱਥੋਂ ਜਾ ਕੇ ਤੁਸੀਂ ਲੈ ਸਕਦੇ ਹੋ ਜਾਂ ਇੱਕ ਦੋ ਮੇਰੇ ਫੇਵਰੇਟ, ਤਾਂ ਉਹ ਸਾਰੇ ਸੂਟ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਦਿਖਾਉਂਗੀ। ਸੋ ਸੂਟ ਬਹੁਤ ਸਾਰੇ ਨੇ ਤਾਂ ਇਸ ਕਰਕੇ ਫਟਾਫਟ ਵੀਡੀਓ ਸਟਾਰਟ ਕਰਦੇ ਹਾਂ, ਨਹੀਂ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜੂਗੀ, ਫਿਰ ਮੈਨੂੰ ਇਹਨੂੰ ਦੋ ਪਾਰਟਸ 'ਚ ਡਿਵਾਈਡ ਕਰਨਾ ਪਊਗਾ। ਅਗਰ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਬਣੂਗੀ ਗਾਈਸ, ਤਾਂ ਮੈਂ ਬਾਕੀ ਜਿਹੜੇ ਵੀ ਸੂਟ ਰਹਿ ਜਾਣਗੇ, ਮਤਲਬ ਇਸੇ ਵੀਡੀਓ 'ਚ ਜਿਹੜੇ ਵੀ ਦਿਖਾਉਣੇ, ਅਗਰ ਵੀਡੀਓ ਲੰਬੀ ਹੋਊਗੀ ਤਾਂ ਇਹਦੇ ਮੈਂ ਦੋ ਪਾਰਟ ਕਰ ਦਾਂਗੀ, ਤਾਂ ਤੁਸੀਂ ਦੂਜੇ ਪਾਰਟ 'ਚ ਦੇਖ ਲਿਓ। ਬਟ ਅਗਰ ਤਾਂ ਵੀਡੀਓ ਸਹੀ ਬਣ ਗਈ, ਮਤਲਬ ਜ਼ਿਆਦਾ ਲੰਬੀ ਵੀ ਵੀਡੀਓ ਨਹੀਂ ਅਪਲੋਡ ਕਰਨੀ ਮੈਂ, ਬਿਕੋਜ਼ ਮੈਨੂੰ ਐਡੀਟਿੰਗ ਕਰਨ 'ਚ ਵੀ ਪ੍ਰੋਬਲਮ ਹੋਣੀ ਆ, ਅਪਲੋਡ ਕਰਨ 'ਚ ਵੀ ਪ੍ਰੋਬਲਮ ਹੋਣੀ ਆ, ਬਹੁਤ ਸਾਰੀਆਂ ਪ੍ਰੋਬਲਮਸ ਹੋਣੀਆਂ, ਉਹ ਮੈਂ ਤੁਹਾਨੂੰ ਨਹੀਂ ਦੱਸ ਸਕਦੀ। ਸੋ ਅਗਰ ਇੱਦਾਂ ਹੁੰਦਾ ਹੈ ਤਾਂ ਮੈਂ ਵੀਡੀਓ ਦੋ ਪਾਰਟਸ 'ਚ ਡਿਵਾਈਡ ਕਰ ਦਾਂਗੀ। ਸੋ ਵਿਦਆਊਟ ਐਨੀ ਫਰਦਰ ਡੂ, ਲੈਟਸ ਗੈਟ ਸਟਾਰਟਡ ਵਿਦ ਦਾ ਵੀਡੀਓ। ਤਾਂ ਸਭ ਤੋਂ ਪਹਿਲਾਂ ਮੈਂ ਕਿਹੜਾ ਸੂਟ ਦਿਖਾਵਾਂ ਓਕੇ ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣਾ ਫੇਵਰੇਟ ਸੂਟ ਦਿਖਾਉਂਦੀ ਹਾਂ, ਜੋ ਹੁਣੇ ਹੁਣੇ ਮੇਰਾ ਫੇਵਰੇਟ ਆ, ਉੱਦਾਂ ਤਾਂ ਸਾਰੇ ਫੇਵਰੇਟ ਨੇ, ਲੇਕਿਨ ਜੋ ਰੀਸੈਂਟ ਫੇਵਰੇਟ ਆ ਉਹ ਦਿਖਾਉਂਦੀ ਹਾਂ, ਠੀਕ ਆ। ਐਂਡ ਹਾਂ, ਜਿਹੜਾ ਸੂਟ ਮੈਂ ਜਿੱਥੋਂ ਲਿਆ ਹੋਊਗਾ ਉਹ ਮੈਂ ਨਾਲ ਦੀ ਨਾਲ ਤੁਹਾਨੂੰ ਦੱਸ ਦੂੰਗੀ। ਔਰ ਮੈਂ ਸੂਟ ਵੀਅਰ ਕੀਤੇ ਹੈਗੇ ਆ, ਮਤਲਬ ਇੰਸਟਾਗ੍ਰਾਮ 'ਤੇ ਪੇਜ ਮੈਨਸ਼ਨ ਕੀਤਾ ਹੋਇਆ ਸਾਰੇ ਸੂਟਾਂ ਦਾ ਆਲਮੋਸਟ, ਅਤੇ ਜਿਹੜੇ ਇਹਦਾ ਨਹੀਂ ਮੈਨਸ਼ਨ ਉਹਦਾ ਮੈਂ ਉਹਨਾਂ ਦਾ ਪੇਜ ਦਾ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਦੇ ਦਾਂਗੀ, ਐਂਡ ਜਿਹਨਾਂ ਦਾ ਮੈਨਸ਼ਨ ਆ ਉਹਨਾਂ ਦਾ ਲਿੰਕ ਦੇਣ ਲਈ ਮੈਂ ਆਪਣੀ ਪੋਸਟ ਦਾ ਲਿੰਕ ਦੇ ਦੂੰਗੀ, ਤੁਹਾਨੂੰ ਪਤਾ ਵੀ ਲੱਗ ਜੂਗਾ ਕਿ ਆਹ ਵਾਲਾ ਸੂਟ ਆ ਇੱਥੋਂ ਲਿਆਇਆ, ਉਹ ਪੋਸਟ ਦੇ ਥੱਲੇ ਕੈਪਸ਼ਨ 'ਚ ਮੈਂ ਮੈਨਸ਼ਨ ਕੀਤਾ ਹੋਊਗਾ, ਤਾਂ ਤੁਸੀਂ ਡਿਸਕ੍ਰਿਪਸ਼ਨ ਨੂੰ ਜ਼ਰੂਰ ਚੈੱਕ ਕਰ ਲਿਓ। ਅਗਰ ਕੋਈ ਤੁਹਾਨੂੰ ਸੂਟ ਪਸੰਦ ਆਉਂਦਾ ਆ ਤਾਂ ਤੁਸੀਂ ਉੱਥੋਂ ਮੰਗਾ ਸਕਦੇ ਹੋ। ਐਂਡ ਸਟਾਰਟ ਕਰਦੇ ਆ ਫਿਰ, ਤਾਂ ਮੇਰਾ ਫੇਵਰੇਟ ਸੂਟ ਆ ਹੁਣ ਤੱਕ ਦਾ ਨਹੀਂ, ਮਤਲਬ ਹੁਣੇ ਰੀਸੈਂਟ ਫੇਵਰੇਟ ਆ ਇਹ। ਸੋ ਇਹ ਹੈ ਬੇਬੀ ਪਿੰਕ ਕਲਰ ਦਾ ਸੂਟ, ਐਂਡ ਇਹ ਮੈਂ ਕਿੱਥੋਂ ਲਿਆਇਆ ਮੈਂ ਸਾਰਾ ਕੁਛ ਦੱਸਦੀ ਹਾਂ। ਪਹਿਲਾਂ ਮੈਂ ਸੂਟ ਕੱਢ ਲਾਂ ਇਹਦੇ ਵਿੱਚੋਂ, ਇਹਨੂੰ ਆਪਾਂ ਸਾਈਡ 'ਚ ਰੱਖ ਦਿੰਦੇ ਹਾਂ। ਚਲੋ ਬਈ, ਸੋ ਇਸ ਸੂਟ 'ਤੇ ਇਹ ਪਹਿਲੀ ਗੱਲ ਤਾਂ ਪਿੰਕ ਕਲਰ, ਬੇਬੀ ਪਿੰਕ ਕਲਰ ਮੈਨੂੰ ਬਹੁਤ ਪਸੰਦ ਹੈ, ਬਹੁਤ ਹੀ ਜ਼ਿਆਦਾ ਪਸੰਦ ਹੈ। ਸੋ ਇਸ ਕਰਕੇ ਇਹ ਮੇਰਾ ਹੁਣੇ ਰੀਸੈਂਟ ਫੇਵਰੇਟ ਆ। ਅਤੇ ਇਹਦੇ ਉੱਤੇ ਬਲੈਕ, ਉੱਪਰੋਂ ਬਲੈਕ ਵੀ ਪਸੰਦ ਆ, ਅਤੇ ਇਹਦੇ ਉੱਤੇ ਬਲੈਕ ਕਲਰ ਦਾ ਇੱਦਾਂ ਐਮਬਰਾਇਡਰੀ ਹੋਈ ਆ। ਇੱਕ ਮਿੰਟ, ਤੁਹਾਨੂੰ ਦੇਖ ਰਿਹਾ ਹੋਊਗਾ, ਮੈਂ ਪੂਰੇ ਸੂਟ 'ਚ ਪੋਸਟ ਪਾਈ ਆ। ਹਾਂ, ਮੈਂ ਪੋਸਟ ਪਾਈ, ਲੇਕਿਨ ਮੈਂ ਪੇਜ ਨਹੀਂ ਮੈਨਸ਼ਨ ਕੀਤਾ, ਬਟ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਹੁਣੇ ਮੈਂ ਜਿੰਨੇ ਵੀ ਸੂਟ ਤੁਹਾਨੂੰ ਦਿਖਾਊਂਗੀ ਸਟਾਰਟਿੰਗ 'ਚ, ਜਿੱਥੋਂ ਤੱਕ ਵੀ ਮੈਂ ਤੁਹਾਨੂੰ ਅੱਗੇ ਦੱਸ ਦੂੰਗੀ। ਉਹ ਸਾਰੇ ਸੂਟ ਇੱਕ ਜਲੰਧਰ 'ਚ ਸ਼ੋਪ ਹੈ, ਉਹਨਾਂ ਦਾ ਪੇਜ ਵੀ ਹੈਗਾ ਹੈ ਬਾਬੇ ਦੀ ਹੱਟੀ ਕਰਕੇ, ਉਹਨਾਂ ਦੀ ਸ਼ੋਪ ਆ, ਅਤੇ ਉਹਨਾਂ ਦਾ ਇੰਸਟਾਗ੍ਰਾਮ 'ਤੇ ਪੇਜ ਵੀ ਹੈਗਾ ਹੈ। ਤਾਂ ਹੁਣੇ ਜਿੰਨੇ ਵੀ ਸੂਟ ਮੈਂ ਦਿਖਾਊਂਗੀ ਇਹ ਸਾਰੇ ਉਹਨਾਂ ਤੋਂ ਮੈਂ ਖਰੀਦਿਆ, ਆਪ ਪ੍ਰਮੋਸ਼ਨ ਨਹੀਂ ਹੈ, ਇਹ ਮੈਂ ਖੁਦ ਖਰੀਦਿਆ ਪੈਸਿਆਂ ਨਾਲ, ਅਤੇ ਕੋਈ ਮੈਂ ਪ੍ਰਮੋਸ਼ਨ ਨਹੀਂ ਕਰ ਰਹੀ, ਮੈਂ ਆਪਣਾ ਜੈਨੂਇਨ ਐਕਸਪੀਰੀਅੰਸ ਸ਼ੇਅਰ ਕਰ ਰਹੀ ਹਾਂ। ਅਤੇ ਯਾ, ਉੱਥੋਂ ਤੁਸੀਂ ਲੈ ਸਕਦੇ ਹੋ ਸੂਟ, ਇਹ ਸੂਟ ਵੀ ਮੈਂ ਉੱਥੋਂ ਲਿਆਇਆ, ਅਤੇ ਇਹਦੇ ਉੱਤੇ ਬਹੁਤ ਵਧੀਆ ਵਰਕ ਹੋਇਆ ਹੋਇਆ, ਥੱਲੇ ਵੀ ਵਰਕ ਹੋਇਆ ਹੋਇਆ, ਨੈਕ 'ਤੇ ਵੀ ਵਰਕ ਹੋਇਆ ਹੋਇਆ, ਬਾਹਾਂ 'ਤੇ ਵੀ ਵਰਕ ਹੋਇਆ ਹੋਇਆ, ਅਤੇ ਯਾ ਇਹਦੇ ਉੱਤੇ ਮਤਲਬ ਜਿਹੜੀ ਸ਼ਰਟ ਹੈ ਉੱਤੇ ਕਾਫੀ ਅੱਛਾ ਵਰਕ ਹੋਇਆ ਹੋਇਆ, ਐਂਡ ਸਲਵਾਰ ਇਹਦੀ ਸਿੰਪਲ ਬਲੈਕ ਕਹਿ ਰਹੀ ਹਾਂ, ਸਿੰਪਲ ਮਤਲਬ ਸਿੰਪਲ ਪਿੰਕ ਕਲਰ ਦੀ ਸਲਵਾਰ ਹੈ। ਐਂਡ ਜਿਹੜੀ ਚੁੰਨੀ ਹੈ, ਚੁੰਨੀ ਦਾ ਮੈਂ ਤੁਹਾਨੂੰ ਜੈਨੂਇਨਲੀ ਦੱਸਾਂ ਤਾਂ ਚੁੰਨੀ ਦਾ ਮਤਲਬ ਮੈਨੂੰ ਫੈਬਰਿਕ, ਜੋ ਚੁੰਨੀ ਦਾ ਕੱਪੜਾ ਆ
ਉਹ ਮੈਨੂੰ ਇੰਨਾ ਜ਼ਿਆਦਾ ਵਧੀਆ ਨਹੀਂ ਲੱਗਾ ਬਟ ਹਾਂ ਠੀਕ ਹੈ ਸੂਟ ਪਸੰਦ ਆ ਗਿਆ ਤਾਂ ਚੁੰਨੀ ਨੂੰ ਮੈਂ ਇਗਨੋਰ ਕਰਤਾ ਵੈਸੇ ਹਮੇਸ਼ਾ ਇਦਾਂ ਹੁੰਦਾ ਆ ਕਿ ਚੁੰਨੀ ਪਸੰਦ ਆਉਂਦੀ ਹੈ ਤਾਂ ਆਪਾਂ ਸੂਟ ਮੈਂ ਲੈ ਲੈਂਦੀ ਹਾਂ ਜੇ ਮੈਨੂੰ ਚੁੰਨੀ ਪਸੰਦ ਆ ਗਈ ਬਟ ਇਹਦਾ ਮੈਨੂੰ ਸੂਟ ਪਸੰਦ ਆ ਗਿਆ ਉੱਪਰੋਂ ਕਲਰ ਪਸੰਦ ਆ ਗਿਆ ਇਸ ਕਰਕੇ ਮੈਂ ਚੁੰਨੀ ਥੋੜ੍ਹੀ ਜਿਹੀ ਇਗਨੋਰ ਕਰਤੀ ਬਟ ਚੁੰਨੀ ਠੀਕ ਹੈ ਇੰਨੀ ਵੀ ਕੋਈ ਮਾੜੀ ਨਹੀਂ ਹੈ ਬਟ ਹਾਂ ਇੱਥੇ ਸਾਈਡ 'ਤੇ ਜਿਵੇਂ ਐਮਬਰਾਇਡਰੀ ਹੋਈ ਹੋਈ ਆ ਅਤੇ ਵਰਕ ਹੋਇਆ ਹੋਇਆ ਆਹ ਪਿੰਕ ਕਲਰ ਦੀ ਬੂਟੀਆਂ ਬਣੀਆਂ ਇਹਦਾ ਚੁੰਨੀ ਦਾ ਫੈਬਰਿਕ ਕਿਹੜਾ ਹੈ ਮੈਨੂੰ ਨਹੀਂ ਪਤਾ ਬਿਕੋਜ਼ ਮੈਨੂੰ ਫੈਬਰਿਕ ਦੀ ਇੰਨੀ ਵੀ ਜ਼ਿਆਦਾ ਕੋਈ ਨੌਲੇਜ ਨਹੀਂ ਹੈ ਸੋ ਯਾ ਇਹ ਸੂਟ ਮੈਂ ਉੱਥੋਂ ਲਿਆਇਆ ਹੁਣ ਮੈਂ ਨੈਕਸਟ ਜਿੰਨੇ ਵੀ ਸੂਟ ਦਿਖਾਊਂਗੀ ਜਿੱਥੋਂ ਤੱਕ ਵੀ ਉਹ ਮੈਂ ਤੁਹਾਨੂੰ ਦੱਸ ਦੂੰਗੀ ਕਿ ਉਹ ਉੱਥੋਂ ਹੀ ਨੇ ਹੁਣ ਇੱਥੇ ਖਲਾਰਾ ਪੈਣ ਵਾਲਾ ਹੈ ਬਹੁਤ ਓਕੇ ਸੋ ਨੈਕਸਟ ਆਪਾਂ ਆਹ ਸੂਟ ਦਿਖਾ ਦਿੰਦੀ ਹਾਂ ਮੈਂ ਤੁਹਾਨੂੰ ਇਹ ਸੂਟ 'ਤੇ ਇਵੇਂ ਥੱਲੇ ਜੋ ਵਰਕ ਹੋਇਆ ਹੈ ਇਹ ਇੱਦਾਂ ਸਲਵਾਰ 'ਤੇ ਸੀਗਾ ਬਟ ਇੱਦਾਂ ਨਹੀਂ ਸੀਗਾ ਇਹ ਪਾਕਿਸਤਾਨੀ ਸਲਵਾਰ ਆਈ ਗੈਸ ਹਾਂ ਸ਼ਾਇਦ ਅਤੇ ਥੱਲੇ ਉਹਨਾਂ ਨੇ ਇੱਦਾਂ ਆਪਣੇ ਤਰੀਕੇ ਨਾਲ ਇਹਨੂੰ ਕਰ ਲਿਆ ਅਤੇ ਜਿਵੇਂ ਤੁਸੀਂ ਹਰ ਸੂਟ 'ਤੇ ਕੁਛ ਵੀ ਆਪਣੇ ਤਰੀਕੇ ਨਾਲ ਆਪਣੇ ਡਿਜ਼ਾਇਨਰ ਨੂੰ ਕਹਿ ਕੇ ਜਾਂ ਜਿਹਨਾਂ ਤੋਂ ਵੀ ਤੁਸੀਂ ਸਟਿਚ ਕਰਵਾਓ ਉਹਨਾਂ ਨੂੰ ਕਹਿ ਕੇ ਕਰਵਾ ਸਕਦੇ ਹੋ ਇਹਦੀ ਚੁੰਨੀ ਬਹੁਤ ਪਿਆਰੀ ਆ ਮੈਨੂੰ ਬਹੁਤ ਵਧੀਆ ਲੱਗਦੀ ਇਹਦੀ ਚੁੰਨੀ ਸੋ ਇਹਦੀ ਚੁੰਨੀ ਥੋੜ੍ਹੀ ਜਿਵੇਂ ਕੱਪੜਾ ਵਧੀਆ ਆ ਹੈ ਨਾ ਅਤੇ ਐਵੇਂ ਕੀ ਕਹਿੰਦੇ ਇਹਨੂੰ ਯਾਰ ਐਵੇਂ ਸਾਈਡ 'ਤੇ ਨਾ ਇੱਦਾਂ ਪੂਰਾ ਗੋਟਾ ਲੱਗਾ ਹੋਇਆ ਹੈ ਗੋਟਾ ਤਾਂ ਨਹੀਂ ਹੈ ਵੈਸੇ ਬੇਸਿਕਲੀ ਪਰ ਹਾਂ ਵਰਕ ਹੋਇਆ ਹੋਇਆ ਅਤੇ ਚੁੰਨੀ 'ਤੇ ਵੀ ਪੂਰਾ ਵਰਕ ਹੋਇਆ ਹੋਇਆ ਥੋੜ੍ਹਾ ਥੋੜ੍ਹਾ ਐਵੇਂ ਬੂਟੀਆਂ ਵੱਟੀਆਂ ਬਣੀਆਂ ਹੋਈਆਂ ਅਤੇ ਜੋ ਇਹਦੀ ਸ਼ਰਟ ਆ ਇਹ ਬੇਸਿਕਲੀ ਕੱਪੜਾ ਮੈਨੂੰ ਪਤਾ ਹੈ ਕਿਉਂਕਿ ਮੈਂ ਮੰਗ ਕੇ ਕੱਪੜਾ ਲਿਆ ਸੀਗਾ ਕਿ ਮੈਨੂੰ ਜੋਰਜਟ ਦਾ ਸੂਟ ਦਿਖਾਓ ਇੱਕ ਮਿੰਟ ਮੇਰੀ ਅੱਖ 'ਚ ਕੁਛ ਚੱਲਿਆ ਅਤੇ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਮੈਨੂੰ ਜੋਰਜਟ ਦਾ ਸੂਟ ਦਿਖਾਓ ਅਤੇ ਇਹ ਜੋਰਜਟ ਦਾ ਹੀ ਸੂਟ ਆ ਅਤੇ ਇਹਦੇ 'ਤੇ ਪੂਰੇ ਇੱਦਾਂ ਕਿਹੜਾ ਵਰਕ ਕਹਿੰਦੇ ਇਹਨੂੰ ਸੀਕੁਐਂਸ ਪਤਾ ਨਹੀਂ ਸਿੱਪੀਆਂ ਪਤਾ ਨਹੀਂ ਆ ਸੀਕੁਐਂਸ ਮੰਮੀ ਹੈ ਸੀਕੁਐਂਸ ਦਾ ਹੈ ਸ਼ਾਇਦ ਸੀਕੁਐਂਸ ਦਾ ਇਹ ਵਰਕ ਹੋਇਆ ਹੋਇਆ ਇਹਦੇ 'ਤੇ ਐਂਡ ਥੱਲੇ ਇਹਦੇ ਉਹ ਲਵਾਉਣਾ ਪੈਂਦਾ ਹੈ ਕੀ ਕਹਿੰਦੇ ਉਹਨੂੰ ਅਸਤਰ ਅਸਤਰ ਮੰਮਾ ਦੱਸ ਰਹੀ ਮੈਨੂੰ ਸੋ ਇਹ 'ਤੇ ਪੂਰਾ ਵਰਕ ਹੋਇਆ ਹੋਇਆ ਥੱਲੇ ਵੀ ਪੂਰੇ ਮਤਲਬ ਸ਼ਰਟ 'ਤੇ ਵਧੀਆ ਤਰੀਕੇ ਨਾਲ ਵਰਕ ਹੋਇਆ ਹੋਇਆ ਸੋ ਇਹਨੂੰ ਵੀ ਹੁਣ ਆਪਾਂ ਸਾਈਡ 'ਚ ਰੱਖ ਦਿੰਦੇ ਹਾਂ ਮੰਮਾ ਨੇ ਬਾਅਦ 'ਚ ਇਹ ਸਾਰਾ ਖਲਾਰਾ ਚੱਕਣਾ ਠੀਕ ਹੈ ਮੰਮੀ ਓਕੇ ਜਿਹੜੇ ਪ੍ਰੈਸ ਕੀਤੇ ਉਹ ਵੀ ਖਰਾਬ ਹੋ ਜਾਣੇ ਆ ਮੈਂ ਮੰਮੀ ਨੂੰ ਕਹਿ ਰਹੀ ਸੀ ਮੰਮੀ ਸਾਰੇ ਸੂਟ ਪ੍ਰੈਸ ਕਰਾ ਦਿਓ ਮੈਂ ਸੂਟ ਕਲੈਕਸ਼ਨ ਬਣਾਉਣਾ ਮੰਮੀ ਕਹਿੰਦੇ ਜਦੋਂ ਤੂੰ ਦਿਖਾਏਂਗੀ ਮੈਨੂੰ ਤਾਂ ਇੱਦਾਂ ਰੱਖ ਦੇਣਾ ਪਰ ਉਹ ਖਰਾਬ ਹੋਏ ਨਹੀਂ ਇਸ ਕਰਕੇ ਤੂੰ ਇੱਦਾਂ ਹੀ ਦਿਖਾ ਦੇ ਮੈਂ ਕਿਹਾ ਚਲੋ ਠੀਕ ਹੈ ਇੱਦਾਂ ਹੀ ਦਿਖਾ ਦਿੰਦੇ ਹਾਂ ਸੋ ਨੈਕਸਟ ਸੂਟ ਮੈਂ ਤੁਹਾਨੂੰ ਦਿਖਾਉਂਦੀ ਹਾਂ ਥੋੜ੍ਹਾ ਸਿੰਪਲ ਜਿਹਾ ਸੂਟ ਹੈ ਮੈਨੂੰ ਬਹੁਤ ਪਸੰਦ ਆਇਆ ਸੀਗਾ ਕਦੀ ਕਦੀ ਇਹ ਤਾਂ ਆਪਣੇ ਕੋਲ ਸਿੰਪਲ ਜਿਹੇ ਸੂਟ ਵੀ ਹੋਣੇ ਚਾਹੀਦੇ ਜਿੱਦਾਂ ਮੈਂ ਹੁਣੇ ਵੇਅਰ ਕੀਤਾ ਹੈ ਮੈਨੂੰ ਇਹ ਸੂਟ ਵੀ ਬੜਾ ਪਸੰਦ ਹੈ ਇਹਦਾ ਵੀ ਮੈਂ ਤੁਹਾਨੂੰ ਬਾਅਦ 'ਚ ਦੱਸਾਂਗੀ ਪਹਿਲਾਂ ਇੱਥੇ ਆ ਜਾਂਦੀ ਹਾਂ ਇਹ ਸਾਰੇ ਸੂਟ ਬਾਬੇ ਦੀ ਹੱਟੀ ਤੋਂ ਜਿੱਥੋਂ ਮੈਂ ਲਏ ਆ ਮੈਂ ਤੁਹਾਨੂੰ ਦੱਸ ਦੇਵਾਂ ਤਾਂ ਕਿ ਅਗਰ ਤੁਸੀਂ ਵੀ ਲੈਣੇ ਆ ਤਾਂ ਤੁਸੀਂ ਲੈ ਸਕਦੇ ਹੋ ਸੋ ਇਸ ਸੂਟ ਦਾ ਕਲਰ ਬਹੁਤ ਹੀ ਜ਼ਿਆਦਾ ਮਤਲਬ ਡੀਸੈਂਟ ਜਿਹਾ ਆ ਮਤਲਬ ਅੱਛਾ ਜਿਹਾ ਆ ਸੋਫਟ ਜਿਹਾ ਕਈ ਕਈ ਰੰਗ ਹੁੰਦੇ ਨਾ ਭੜਕੀਲੇ ਜਿਹੇ ਮਤਲਬ ਉੱਦਾਂ ਦਾ ਨਹੀਂ ਹੈ ਉਸ ਨੂੰ ਤੁਹਾਨੂੰ ਦੇਖ ਕੇ ਪਤਾ ਲੱਗ ਰਿਹਾ ਹੋਣਾ ਅਤੇ ਇਹਦੀ ਚੁੰਨੀ 'ਤੇ ਕਾਫੀ ਵਧੀਆ ਤਰੀਕੇ ਨਾਲ ਵਰਕ ਹੋਇਆ ਹੋਇਆ ਇੱਦਾਂ ਬਣਿਆ ਹੋਇਆ ਪਤਾ ਨਹੀਂ ਕੀ ਕਹਿੰਦੇ ਆ ਯਾਰ ਇਹਨੂੰ ਫੁੱਲ ਜਿਹੇ ਬਣੇ ਹੋਏ ਆ ਠੀਕ ਹੈ ਐਂਡ ਗੋਟਾ ਵੀ ਲੱਗਾ ਹੋਇਆ ਗੋਟੇ ਕਹਿੰਦੇ ਆ ਗੈਸ ਤਾਂ ਇਹਨੂੰ ਤੂੰ ਵੀ ਚੁੰਨੀ ਆ ਅਤੇ ਗੋਟੇ ਜੇ ਲਵਾ ਲਈ ਨਹੀਂ ਗਾਣਾ ਵੀ ਹੁੰਦਾ ਤਾਂ ਆਹੀ ਹੁੰਦਾ ਜੋ ਸਾਈਡ 'ਤੇ ਲੱਗਿਆ ਹੁੰਦਾ ਅਤੇ ਇੱਦਾਂ ਚੁੰਨੀ 'ਤੇ ਕਾਫੀ ਵਧੀਆ ਵਰਕ ਹੋਇਆ ਚੁੰਨੀ ਦਾ ਕੱਪੜਾ ਵੀ ਕਾਫੀ ਅੱਛਾ ਹੈ ਅਤੇ ਜਿਵੇਂ ਥੋੜ੍ਹੀ ਜ਼ਿਆਦਾ ਵਧੀਆ ਤਰੀਕੇ ਨਾਲ ਜਿਵੇਂ ਕਈ ਚੁੰਨੀਆਂ ਹੁੰਦੀਆਂ ਨਾ ਛੋਟੀਆਂ ਛੋਟੀਆਂ ਜਿਹੀਆਂ ਪਤਲੀਆਂ ਪਤਲੀਆਂ ਜਿਵੇਂ ਉਹ ਨਹੀਂ ਵਧੀਆ ਲੱਗਦਾ ਥੋੜ੍ਹੀ ਹੈਵੀ ਲਾਈਕ ਹੈਵੀ ਲੁੱਕ ਦੀ ਹੋਵੇ ਚੁੰਨੀ ਹੈਵੀ ਇਨ ਦਾ ਸੈਂਸ ਕਿ ਉੱਦਾਂ ਕੰਮ ਇੰਨਾ ਨਾ ਹੋਇਆ ਲੇਕਿਨ ਫੈਬਰਿਕ ਉਹਦਾ ਅਤੇ ਥੋੜ੍ਹੀ ਲੰਬੀ ਅਤੇ ਥੋੜ੍ਹੀ ਇੱਦਾਂ ਮਤਲਬ ਚੌੜੀ ਹੋਏ ਓਕੇ ਸੋ ਇਹ ਚੁੰਨੀ ਹੈ ਇਹਦੀ ਉਸ ਤੋਂ ਬਾਅਦ ਇਹਦੇ ਨਾਲ ਮੈਂ ਸਿੰਪਲ ਪੈਂਟ ਸਵਾਈ ਆ ਅਤੇ ਇਹ ਵੀ ਪਲੇਨ ਆ ਇਹਦਾ ਫੈਬਰਿਕ ਵੀ ਠੀਕ ਆ ਅਤੇ ਆਪਣੇ ਤਰੀਕੇ ਨਾਲ ਤੁਸੀਂ ਕੁਛ ਵੀ ਕਰਾ ਸਕਦੇ ਹੋ ਬਟ ਮੈਂ ਇੱਥੇ ਕੁਛ ਨਹੀਂ ਕਰਾਇਆ ਇਟਸ ਜਸਟ ਸਿੰਪਲ ਆ ਅਤੇ ਇਹਦੀ ਸ਼ਰਟ 'ਤੇ ਬਹੁਤ ਹੀ ਸੋਹਣਾ ਲੇਸ ਵਰਕ ਆਈ ਗੈਸ ਉਹਦੀ ਜਿਹੜੀ ਚੁੰਨੀ 'ਤੇ ਲੇਸ ਸੀਗੀ ਉਹ ਹਾਂ ਸੋ ਇਹ ਲੇਸ ਵਰਕ ਇੱਥੇ ਹੋਇਆ ਹੋਇਆ ਜਿੱਥੋਂ ਤੱਕ ਕਿ ਮੈਨੂੰ ਨੌਲੇਜ ਹੈ ਅਤੇ ਇੱਦਾਂ ਇਹਦੇ ਬਟਨਸ ਲੱਗੇ ਹੋਏ ਆ ਐਂਡ ਜਿਹੜਾ ਇਹਦਾ ਥੱਲੇ ਦਾ ਉਹ ਆ ਕੀ ਆ ਥੱਲੇ ਦਾ ਪਾਰਟ ਹੈ ਉੱਤੇ ਵੀ ਕਾਫੀ ਅੱਛਾ ਵਰਕ ਹੋਇਆ ਅਤੇ ਉਹਨਾਂ ਨੇ ਇੱਦਾਂ ਆਈ ਗੈਸ ਤਾਂ ਇਹ ਟੇਲਰ ਨੇ ਆਪਣੇ ਵੱਲੋਂ ਲਾਤਾ ਆ ਜਿੱਥੋਂ ਤੱਕ ਮੈਨੂੰ ਲੱਗਦਾ ਆ ਅਤੇ ਬਾਹਾਂ 'ਤੇ ਵੀ ਕਾਫੀ ਸੋਹਣਾ ਵਰਕ ਹੋਇਆ ਹੋਇਆ ਹੈ ਜੋ ਕਿ ਚੁੰਨੀ 'ਤੇ ਵੀ ਹੈ ਸੋ ਯਾ ਇਹ ਵੀ ਮੈਂ ਉੱਥੋਂ ਹੀ ਲਿਆ ਆ ਹੁਣ ਨੈਕਸਟ ਆਉਂਦੇ ਹਾਂ ਆਪਾਂ ਇਹ ਸਾਰੇ ਸੂਟ ਹੁਣੇ ਤੱਕ ਜਿੰਨੇ ਵੀ ਮੈਂ ਤੁਹਾਨੂੰ ਦਿਖਾਏ ਬਾਬੇ ਦੀ ਹੱਟੀ ਤੋਂ ਮੈਂ ਲਏ ਸੀਗੇ ਖੁਦ ਖਰੀਦੇ ਸੀਗੇ ਉਹਨਾਂ ਨੇ ਮੈਨੂੰ ਇੱਕ ਵਾਰੀ ਪ੍ਰਮੋਸ਼ਨ ਵੀ ਕਰਾਈ ਸੀ ਲੇਕਿਨ
कोई सूट नहीं देता ओके कोई गल नहीं. सो नेक्स्ट इज दिस वन. एक ये सूट भी काफ़ी वधिया, इहदा फैब्रिक कुछ इन्ना भी ज़्यादा वधिया नहीं, लेकिन आई गेस कॉटन है ये. मम्मा एक कॉटन है ना, गर्मी लिए बहुत वधिया. हाँ गर्मी लिए काफ़ी वधिया कपड़ा है ये, बट थोड़ा जा मतलब ट्रांसपेरेंट जहा हुंदा है, बट तुसी वेयर कर सकते हो इन्हें वगैरह का. नहीं थोड़ा जा है, मतलब मैनू नहीं पसंद. मैनू इदा होंगे कि प्रॉपर वधिया तरीके का कपड़ा हो, चाहे थोड़ी बहुत हाँ लाइनिंग लगवा सकते, लेकिन वो थोड़ा होर गर्मी लगन लग जाती है. ओके सो ये भी काफ़ी वधिया वर्क होया हुआ है. आ मोर बने ना, ये मोर बने हुए आ. तो नैक तो कोई वर्क नहीं आ, साइड पर मैं थोड़ा बहुत वर्क है. एंड ये चुन्नी नहीं मैनू लभी यार, पता नहीं क्यों आरी लभ गई यार सारे कपड़े थोड़े मिक्स हो रखे इस करके. तो आई चुन्नी है, चुन्नी का भी फैब्रिक मैंने इन्ना कुछ ज़्यादा खास नहीं लग्या, बट हाँ सूट करके मैं चुन्नी फिर इग्नोर करती. तो जिमें चुन्नी जिमें देख रहे हो ना तुम इन्नी की आ, तो मैं हूँ थोड़ी जिमें थोड़ी. तो ये भी मोर बने हुए आ साइड पर, जिमें एम्ब्रॉयडरी हुई हुई है पूरे सारों चारों साइड पर. तो चुन्नी का कपड़ा मैं सच्ची मतलब ठीक है. तो बाकी सलवार है, प्लेन सलवार है, होर कुछ नहीं. ये तय क्यों ही खराब करनी आ. तो या हूँ नैक्सट सूट आप देखते हैं, इन रख दो. नैक्सट सूट ये भी बाबे की हट्टी तो ही लिया आ मैं. ओके सो ये प्रिंट नहीं कि पेंट वर्क होया हुआ है ना, ये पेंट वर्क होया हुआ है. ये सूट भी काफ़ी वधिया, ये सरगुन और मैं सेम सेम लिया से. ब्रश पेंट, हाँ ब्रश पेंट. तो होर भी काफ़ी वधिया तरीके ना ये आई गेस लेस वर्क है. तो इतने भी एम्ब्रॉयडरी वगैरह हुई हुई है, तो काफ़ी वधिया वर्क किया हुआ है पूरा प्रॉपर थले तक. तो बाहां ते भी ब्रश पेंट दे नाल जो डिज़ाइन बनाया हुआ है. एंड ये चुन्नी ते भी सेम, ये चुन्नी भी मैंने इन्नी कुछ वधिया नहीं लगती, बिकॉज ना ये पता नहीं फैब्रिक मैं पसंद नहीं आया. बाकी ठीक है, शाइनिंग वाला है, लेकिन मैनू नहीं पता नहीं, आई डोंट परसनली लाइक इट. तो ये भी ये उत्ते भी ब्रश पेंट का वर्क होया. एंड सलवार ये जस्ट सिंपल आ. तो इतने होंगे नहीं नहीं इतने नहीं होंगे बाबे की हट्टी के सूट खत्म हाले होर आ, काफ़ी सारे सूट मैं उत्थे ही ले हुए आ. सो जरूर तुम भी ट्राई करो. ओके सो नैक्सट सूट ए वाइट कलर का, ये मैंने बड़ा पसंद है सूट. ये तो चुन्नी ए सूट मैंने बड़ा पसंद है इसलिए बिकॉज ऑफ चुन्नी. ये चुन्नी ओ माई गॉड इन्नी वधिया चुन्नी है, मैंने बड़ी वधिया लगती है. ये तो पूरी चुन्नी तो इन्होंने सिप्पियाँ सितारे वो की कड़ा वर्क सगा, कड़ा वर्क सिप्पियाँ आप बोल रहे थे कुछ सीक्वेंस सीक्वेंस पता नहीं यार, ये सिप्पियाँ सुप्पियाँ लगिया हुई हैं, ये तो सिप्पियाँ सुप्पियाँ लगिया हुई हैं. तो साइड से गोटा भी लग्या हुआ है, गोटा पाइपिंग लगी हुई है. नहीं तुम समझ जो यार, मैं नॉलेज नहीं है, है बट हाँ मैं वधिया लगती है, वधिया लगता है दुपट्टा. तो यह सूट पर भी सीकुएंस वर्क है जिन्ना कि मैं पता है. तो बाहों पर भी थोड़ा बहुत उन्होंने मैं लगता है टेलर ने ही किया. तो थले एवें दो गोटे ज लाए आ, ये पता नहीं शायद टेलर ने लाए है या सी आई डोंट रिमैंबर. तो यह सूट भी काफ़ी वधिया लगता है. ये भी आई गैस जॉर्जेट का फैब्रिक है, ठीक है. तो ये नाल सिंपल मैं की सवाया की सगा ये प्लाजो नहीं पैंट, पैंट मैं ये नाल सवाई है. सो यस हम नैक्सट सूट मैं थोड़ा जहा सिंपल वाला दिखा लगी तू. तो यह सूट भी मैं उतों ही लिया. तो इतने नैक से वर्क आ एंड थले आह की हुंदा सलवार नाल दा लगाई है ना पट्टी, पट्टी उन्होंने नहीं लाई सीगी तो हाँ. सलवार नाल दी लगी हाँ, है बॉर्डर बना लो है, बॉर्डर बनाता हाँ ये बॉर्डर बनाता. मेरी मम्मा ने वर्ड दस्ता, हूं मैं आही वर्ड यूज कर. ओके सो ये बॉर्डर बनाता है, इन्होंने बॉर्डर बनाता है, ठीक है. एंड बाहां ते कोई वर्क नहीं है, लेकिन हाँ बहुत सिंपल जहा सूट है, बहुत प्यारा है. एदी चुन्नी गाइस मेनू लभ नहीं रही सी, लेकिन लभ रही सी सलवार दे अंदर छुपी हुई सी, मैंने लगे लभ नहीं रही सी, लेकिन हमने मैं जो सलवार चखी उदो मैं पता लगे चुन्नी भी बिच ही है. सो यदि चुन्नी काफ़ी वधिया है, मतलब ठीक है, बड़ी प्यारी जी है, बट इन्नी लंबी एंड चौड़ी नहीं है, बट हाँ वधिया चुन्नी है. एंड ये तो की होया हुआ मम्मी इन की कहें कि चुन्नी है, ये प्रिंटेड चुन्नी आ. सो नैक्सट यदि सलवार है,
जो कि प्रिंटेड है, प्रिंटेड है ना, हाँ ते इदा वाए ते प्रिंट है ते आ काफ़ी वधिया लगता है मैनू ये सूट। नेक्स्ट सूट मैं तुहानू दिखानी आ, यार मैं पानी पी लाँ। ओके मम्मा रेड कलर का आ रहा निशान पा रही है वीडियो कितने मैं सारा कुछ बोल बाल के हट जावां ते बाद च मैनू पता लगे वीडियो ही नहीं बनी है। गाइस तुहानू पता है मैं तुहानू ये गल दस दूं, इदां मेरे नाल दो तीन वारी हो चुका है। एक वारी मम्मा दे नाल जो मेकअप वाली वीडियो बना रही सी उदों होया सी, ते एक वारी होर होया सी मेरे नाल। मैं पूरी वीडियो शूट कर ली जिवें ट्राईपॉड ते ला के है ना आपे, ते बाद च मैनू पता चलिया कि वह रिकॉर्ड नहीं हुई। फिर मैनू इन्ना बुरा लग्या कि यार मैं मतलब आप फ्लो फ्लो च जो गल्लां एक वारी बोल दिंदे आ बट बाद फिर इदा लगता यार हूँ उ चीज़ा मैं दोबारा रिपीट करा, बट फिर की कर सकते करनिया भी पैदा है। सो इस करके मम्मा खड़े से मैं एक बार चैक कर लो। सो नेक्स्ट सूट मैं तुम्हें दिखाई हाँ, ये भी उन्होंने यदि मम्मा चुन्नी कितने इतने नहीं हैगी, यदि चुन्नी तो काफ़ी वधिया है, चलो कोई नहीं दिखा दी हाँ मैं। सो ये सूट है, यदा फैब्रिक केड़ा है, सिल्क का है आई गैस है ना मम्मा, यदा सिल्क का फैब्रिक है ते इहदे ते एवें प्रिंट जिहा होया है, प्रिंट ही है ना, ये बॉर्डर जिवें रलदा मिलदा ही पट्टी जी लगी हुई है पूरी चारों पासे, एंड इहदी सलवार भी काफी वधिया है, एंड या जस्ट पुट्ठी हुई हुई आई गैस इन्हें रहन दिने। मैं हुण आवां नेक्स्ट सूट देख दिया, बाबे की हट्टी के पौ सूट दिखाते गाइस, मैं हुण बाबे की हट्टी के सूट होंदे खत्म। हुण आपां आउने आ बाकी सूटां वाल, बाकी भी बहुत सारे सूट ने, ओ माय गॉड। सो गाइस वीडियो बहुत ही ज़्यादा लंबी बन गई सी, इस करके मैनू इस वीडियो में इतने ही एंड करना पै रहा, तो बाकी सूट जिन्हें भी रह गए हैं वो मैं तुहानू नेक्स्ट वीडियो च दिखाऊंगी। सो वीडियो नू देखियो पार्ट टू भी, उहदे विच भी काफ़ी वधिया वधिया सूट तुहानू देखण नू मिलेंगे। सो वो भी मैं हुणे ही शूट कर लेने बिकॉज ऑलरेडी मैं बहुत खलारा पा के बैठी हाँ, बट वीडियो काफ़ी लंबी आ, इस करके आपां सैकेंड पार्ट च देखांगे। आई होप तुहानू इस वीडियो च जिन्हें भी सूट दिखाए सारे वधिया लगे होणगे, अगर वधिया लगे हैं तो लाइक शेयर कॉमेंट जरूर कर दिओ।